ਰਾਮਕਲੀ ਸਾਧ ਬਾਰੇ ਹੁਣੇ ਅਸੀਂ ਵਿਚਾਰ ਹੀ ਕਰ ਰਹੇ ਆ ਤਾਂ ਮੈਂ ਇਤਨੀ ਬੇਨਤੀ ਕਰਨਾ ਚਾਹੁੰਦਾ ਕਿ ਰਾਮਕਲੀ ਸਾਧ ਗੁਰਮਤ ਦੀ ਫਿਲਾਸਫੀ ਦਾ ਇੱਕ ਬੜਾ ਕੀਮਤੀ ਪਹਿਲੂ ਹੈ ਕੀਮਤੀ ਅੰਗ ਹੈ ਜਿਹਦੇ ਨਾਲ ਰੱਬ ਨਾਲ ਜੀਂਦੇ ਜੀ ਇਕਮਿਤਾ ਦੀ ਅਵਸਥਾ ਸਿਖਾਈ ਗਈ ਹੈ ਸੋ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਉਸ ਨੂੰ ਅਸੀਂ ਵਿਚਾਰ-ਵਿਚਾਰ ਕੇ ਸਮਝ ਸਕੀਏ ਸੋ ਕੱਲ ਤੱਕ ਅਸੀਂ ਜਿੱਥੇ ਤੱਕ ਸਮਝੇ ਸੀ ਕਿ ਜਿਸ ਮਨੁੱਖ ਦਾ ਮਨ ਆਪਣੇ ਵਾਸਤੇ ਜੀਵਤਿਆਂ ਮਰ ਰਹੀ ਇਹਦੀ ਅਵਸਥਾ ਲੈ ਕੇ ਆਪਣਾ ਕਿਰਿਆ ਕਰਮ ਜਿੰਦੇ ਜੀ ਜਦੋਂ ਕਰਦਾ ਹੈ ਉਸ ਨੂੰ ਨਾਨਕ ਪਿੰਡ ਬਖਸ਼ੀਸ਼ ਕਾ ਕਬਹੂ ਨਿਖੁੱਟਸ ਨਾਏ ਵਾਲਾ ਤਨ ਭਾਵ ਭੋਜਨ ਭਾਵ ਆਤਮਕ ਭੋਜਨ ਭਾਵ ਸੰਤੋਖ ਦਾ ਭੋਜਨ ਪ੍ਰਾਪਤ ਹੁੰਦਾ ਹੈ ਇਹ ਭੋਜਨ ਉਹਦਾ ਕਦਮ ਕਦੇ ਮੁਕਦਾ ਨਹੀਂ ਹੈ ਔਰ ਇਸ ਦਿਵਸ ਤੇ ਅਸੀਂ ਕੱਲ ਸ਼ਬਦ ਪੜਿਆ ਸੀ ਖਾਵੇਂ ਖਰਚੇ ਰਲ ਮਿਲ ਪਾਈ ਆ ਖਾਵੇਂ ਖਰਚੇ ਰਲ ਮਿਲ ਪਾਈ ਤੋਟ ਨ ਆਵੇ ਵਦ ਦੋ ਜਾਈ ਤੋਟ ਨਾ ਆਵੇ ਵਦ ਦੋ ਜਾਈ ਹਮ ਤਨਵੰਤ ਪਗਠ ਸਚ ਨਾਈ ਹਰ ਗੁਨੇ ਗਾਵੇ ਸੇਜ ਸੁਭਾਈ ਹਰ ਗੁਨਾ ਗਾਵੇਂ ਸੇਜ ਸੁਭਾਈ ਉਹ ਆਪਣੇ ਪਿਉ ਦਾਦੇ ਦੇ ਖਜ਼ਾਨੇ ਨੂੰ ਖੋਲਦਾ ਇਸ ਸ਼ਬਦ ਵਿੱਚ ਕਹਿੰਦੇ ਨੇ ਪਿਉ ਦਾਦੇ ਦਾ ਖੋਲ ਡਿੱਠਾ ਖਜ਼ਾਨਾ ਤਾਂ ਮੇਰੇ ਮਨ ਪਿਆ ਨਿਧਾਨਾ ਨਿਧਾਨਾ ਮੀਨਸ ਮੇਰਾ ਮਨ ਨਿਧਾਨ ਪ੍ਰਾਪਤ ਕਰਕੇ ਖਜ਼ਾਨਾ ਪ੍ਰਾਪਤ ਕਰਕੇ ਸਹੀ ਮੈਨੇ ਵਿੱਚ ਅਮੀਰ ਹੋ ਗਿਆ ਗੁਰਮਤਿਚ ਅਮੀਰ ਕਿਨੂੰ ਕਹਿੰਦੇ ਨੇ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ੍ਹਾਂ ਕੋਲ ਦੁਨਿਆਵੀ ਧਨ ਹੁੰਦਾ ਗੁਰੂ ਸਾਹਿਬ ਉਹਨਾਂ ਨੂੰ ਕਹਿੰਦੇ ਨੇ ਉਹ ਫਕੀਰ ਨੇ ਉਹ ਫੱਕੜ ਨੇ ਅੱਛਾ ਗੁਰੂ ਪਾਤਸ਼ਾਹ ਫਿਰ ਤੁਸੀਂ ਕਿਸ ਨੂੰ ਅਮੀਰ ਕਹਿੰਦੇ ਹੋ ਕਹਿੰਦੇ ਜਿਨ ਕੈ ਪੱਲੇ ਤੂੰ ਵਸੈ ਤੂੰ ਮਤਲਬ ਰੱਬ ਜੀ ਰੱਬ ਜੀ ਮਤਲਬ ਰੱਬ ਜੀ ਦੇ ਗੁਣ ਡਿਵਾਈਨ ਕੁਆਲਟੀਜ਼ ਵਾਲੀ ਹੈਬਿਟਸ ਜਿੰਕਾ ਪੱਲਾ ਤੂੰ ਵਸੈ ਤੇ ਨਰ ਗੁਣੀ ਗਹੀਰ ਉਹ ਅਸਲੀ ਅਮੀਰ ਹੋ ਜਾਂਦੇ ਨੇ ਜਿਨ੍ਹਾਂ ਦੇ ਕੋਲ ਰੱਬੀ ਗੁਣ ਹੁੰਦੇ ਨੇ ਔਰ ਰੱਬੀ ਗੁਣ ਜਿੰਨੇ ਵੱਧ ਤੋ ਇਹ ਵੱਧਦੇ ਨੇ ਮੇਰੇ ਕੋਲ ਪੈਸੇ ਹੂਨ ਮੈਂ ਕਿਸੇ ਨਾਲ ਵੰਡ ਕੇ ਛਕਾਂ ਤਾਂ ਮੇਰੇ ਪੈਸੇ ਕੱਟ ਜਾਣਗੇ ਮੇਰੇ ਕੋਲ ਭੋਜਨ ਹੋਵੇ ਮੈਂ ਕਿਸੇ ਨਾਲ ਵੰਡ ਛਕਾਂ ਉਹ ਘੱਟ ਸਕਦਾ ਪਰ ਆਤਮਕ ਜਿਹੜੇ ਰੱਬੀ ਗੁਣ ਹੁੰਦੇ ਨੇ ਇਹ ਕੱਟਦੇ ਨਹੀਂ ਨੇ ਇਹ ਜਿੰਨੇ ਲੋਕਾਂ ਨਾਲ ਵਰਤੋ ਉਤਨੇ ਵਧਦੇ ਨੇ ਉਹਦੇ ਨਾਲ ਕੀ ਬਣਦਾ ਜੋ ਹਰ ਕਾ ਪਿਆਰਾ ਸੋ ਸਭ ਨਾ ਕਾ ਪਿਆਰਾ ਬਣਦੇ ਹਾਂ ਅਸੀਂ ਉਹਦੇ ਨਾਲ ਕੀ ਹੁੰਦਾ ਅਸੀਂ ਆਪਣੇ ਚਾਰੋਂ ਪਾਸੇ ਸਮਾਜ ਦੇ ਅੰਦਰ ਡਿਵਾਈਨ ਕੁਆਲਿਟੀਆਂ ਨਾਲ ਜੀਂਦੇ ਹਾਂ ਔਰ ਲੋਕਾਂ ਨੂੰ ਵੀ 디ਵਾਈਨ ਕੁਆਲਟੀਜ਼ ਦੇ ਨਾਲ ਜੋੜਦੇ ਆ ਤਾਂਕਿ ਸਾਰਾ ਸਮਾਜ ਵਿੱਚ ਲੋਕੀ ਸਪਿਰਚੁਅਲ ਬਣ ਸਕਣ ਆਪਸੀ ਪਾਈਚਾਰਾ ਵਧੇ ਸਮਾਜ ਉੱਚਾ ਹੋਵੇ ਜਿਸ ਤੇ ਇੱਕ ਗੁਣ ਵਧਦੇ ਨੇ ਉਹ ਖਾ ਮੇ ਖਰਚੇ ਰਲ ਮਿਲ ਪਾਈ ਟੋਟ ਨਾ ਆਵੇ ਉਹਦੇ ਟੋਟ ਨਹੀਂ ਆਂਦੀ ਹੈ ਸੋ ਅਸੀਂ ਦੋ ਦਿਨ ਤੋਂ ਸ਼ਬਦ ਪੜ ਰਹੇ ਸਾਂ ਟੁੱਟ ਨਾ ਆਣ ਵਾਲੇ ਭੋਜਨ ਨੂੰ ਪ੍ਰਾਪਤ ਕਰਨਾ ਪਿੰਡ ਕਹਿੰਦਾ ਹੈ ਮਰਨ ਤੋਂ ਬਾਅਦ ਪਿੰਡ ਬਣਾਉਂਦੇ ਸਨ ਪਿੰਡ ਕਹਿੰਦਾ ਹੈ ਮਰਨ ਤੋਂ ਬਾਅਦ ਮਨੁੱਖ ਦੇ ਹੱਥ ਤੇ ਦੀਵਾ ਰੱਖਦੇ ਸਨ ਸ਼ਾਇਦ ਕਈ ਲੋਕੀ ਆਦ ਵੀ ਰੱਖਦੇ ਹੋਣ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਮਰਨ ਤੋਂ ਬਾਅਦ ਦੀਵਾ ਨਹੀਂ ਰੱਖਣਾ ਚਾਹੁੰਦਾ ਕਿਉਂਕਿ ਮੈਂ ਮਰਨ ਤੋਂ ਬਾਅਦ ਵਾਲੇ ਜਾਂ ਪੈਂਦੇ ਮਹਾਦਗੁਬਾਰਾ ਜਿਹਨੂੰ ਦੁਨੀਆ ਮਰਨ ਤੋਂ ਬਾਅਦ ਮਹਾਦਗੁਬਾਰਾ ਸਮਝਦੀ ਹੈ ਤਰਣੀ ਨਦੀ ਹੈ ਹਣੀ ਰੈ ਉੱਥੇ ਕੰਡੇ ਹੋਣਗੇ ਉੱਥੇ ਦੀਵਾ ਲੈ ਕੇ ਜਾਣਾ ਪੈਗਾ ਮੈਂ ਆਪਣਾ ਆਪਣੇ ਜੀਵਨ ਵਿੱਚ ਜਾਂ ਪੈਂਦੇ ਮਹਾਦਗੁਬਾਰਾ ਮੇਰੇ ਜੀਵਨ ਵਿੱਚ ਪਲ-ਪਲ ਕਿਵੇਂ ਜੀਵੀਦਾ ਉਹ ਦੱਸਦੀ ਮੈਂ ਦੀਵਾ ਮੇਰਾ ਇੱਕ ਨਾਮ ਦਾ ਚਾਨਣ ਕਰ ਪਰ ਜਿਉ ਜੋ ਗਿਆਨ ਦਾ ਚਾਨਣ ਕਰਦਾ ਹਾ ਸੰਤੋਖੀ ਹੁੰਦਾ ਜਾਂਦਾ ਉਹ ਨਾਨਕ ਪਿੰਡ ਬਖਸ਼ੀਸ਼ ਕਾ ਉਸ ਸ਼ਬਦ ਦਾ ਰਿਜ਼ਲਟ ਨਿਕਲਿਆ ਕਬਹੂ ਨਿਖੁੱਟਸ ਨਾ ਇਹੋ ਘਟ ਘਟਦਾ ਨਹੀਂ ਹੈ ਕਿਨੇ ਦਿੱਤਾ ਹੈ ਖਜ਼ਾਨਾ ਕਿਹੜਾ ਖਜ਼ਾਨਾ ਰੱਬੀ ਗੁਨਾ ਦਾ ਪ੍ਰਾਪਤ ਹੁੰਦਾ ਹੈ ਤਾਂ ਗੁਰੂ ਪਾਚਾ ਕਹਿੰਦੇ ਖਾ ਭੋਖਰ ਚੋ ਟੂਟ ਨਾ ਆਵੇ ਆ ਭੁੱਖ ਰਚੂ ਕੋਟਨਾ ਆਵੇ ਹਲਤ ਪਲਤ ਕੈਸੰਗੇ ਹਲਤ ਪਲਤ ਕੈਸੰਗੇ ਲਾਡ ਖਜ਼ਾਨਾ ਗੁਰੂ ਨਾਨਕ ਕੋ ਦੀਆ ਲਾਡ ਖਜ਼ਾਨਾ ਦੂਰ ਨਾਨਕ ਕੋ ਦੀਆ ਇਹ ਮਨਹਾਰ ਰੰਗ ਰੰਗੇ ਇਹ ਮਨਹਾਰ ਰੰਗ ਰੰਗੇ ਖਾ ਬੁਖਰ ਚੋ ਟਟ ਨਾਵੇ ਹਲਤ ਪਲਤ ਕੈਸੰਗੇ ਹਲਤ ਪਲਤ ਕੈਸਨ ਹਲਤ ਪਲਤ ਮਤਲਬ ਅੰਦਰੋਂ ਬਾਹਰੋਂ ਇੱਥੇ ਉੱਥੇ ਆਗੇ ਪਾਛੇ ਸਭ ਜਗ੍ਹਾ ਮੁਸ਼ਕਲ ਵੇਲੇ ਸੁਖ ਵੇਲੇ ਦੁੱਖ ਵੇਲੇ ਹਰ ਵੇਲੇ ਇਹ ਰੱਬੀ ਗੁਣ ਕੰਮ ਆਂਦੇ ਨੇ ਸਹਾਈ ਹੁੰਦੇ ਨੇ ਸਭ ਜਗ ਨਾਲ ਚੱਲਦੇ ਨੇ ਸੱਜਣ ਸੇ ਨਾਲ ਮੈਂ ਚੱਲਦਿਆ ਨਾਲ ਚਲਨ ਜਿੱਥੇ ਲਿਖਾਂ ਮੰਗੀਆ ਤਿੱਥੇ ਖੜੇ ਦੀਸਾਂ ਨੇ ਚੰਗੇ ਗੁਣ ਕਮ ਆਂਦੇ ਨੇ ਚੰਗੇ ਗੁਣ ਸੱਜਣ ਹੁੰਦੇ ਨੇ ਚੰਗੇ ਗੁਣ ਬੈਸਟ ਫਰੈਂਡਸ ਹੁੰਦੇ ਨੇ ਚੰਗੇ ਗੁਣ ਰੱਬੀ ਗੁਣ ਹੁੰਦੇ ਨੇ ਚੰਗੇ ਗੁਣ ਹੀ ਅਸਲੀ ਮਿੱਤਰ ਸੱਜਣ ਹੁੰਦੇ ਨੇ ਜੋ ਸਭ ਜਗਾਂ ਕੰਮ ਬਣ ਚੰਗੇ ਗੁਣਾਂ ਨੂੰ ਆਈਡੀਅਲਸ ਕਹਿੰਦੇ ਨੇ ਮੋਰਲਸ ਕਹਿੰਦੇ ਨੇ ਉਹਨਾਂ ਨਾਲ ਜੀਣਾ ਮੋਰੈਲਿਟੀ ਕਹ ਲਾਂਦਾ ਹੈ ਵਰਚੂਸ ਨਾਲ ਜੀਣਾ ਕਹ ਲਾਂਦਾ ਹੈ ਇਹ ਗੱਲਾਂ ਮੈਂ ਬਾਰ-ਬਾਰ ਰਿਪੀਟ ਕਰਦਾ ਹਾਂ ਤਾਂ ਕਿ ਅਨੇਕਾਂ ਟਰਮਸ ਨੇ ਪਰ ਉਹਨਾਂ ਦਾ ਭਾਵ ਅਰਥ ਕੀ ਹੁੰਦਾ ਹੈ ਗੋਡ ਦੀ ਜਿਹੜੀਆਂ ਕੁਆਲਿਟੀਆਂ ਨੇ ਰੱਬੀ ਜਿਹੜੇ ਗੁਣ ਨੇ ਉਹਨਾਂ ਨਾਲ ਜਦੋਂ ਅਸੀਂ ਜੀਂਦੇ ਹਾਂ ਤਾਂ ਸਭ ਜਗ੍ਹਾ ਕੰਮ ਆਉਂਦੇ ਨੇ ਉਹਨਾਂ ਗੁਣਾਂ ਨੂੰ ਜਿੰਨਾ ਖਾਊ ਖਰਚੋ ਟੋਟ ਨਾ ਆਵੇ ਲੱਤ ਪਲਤ ਕੈ ਸੰਗੇ ਲਾਦ ਖਜ਼ਾਨਾ ਇਹ ਵਾਲਾ ਖਜ਼ਾਨਾ ਲੱਦ ਕੇ ਅਨਲਿਮਿਟਿਡ ਭਰ ਕੇ ਦਿੱਤਾ ਹੈ ਲਾਦ ਖਜ਼ਾਨਾ ਗੁਰ ਨਾਨਕ ਕੋ ਦਿਆ ਨਾਨਕ ਮਤਲਬ ਮੈਲਾ ਪੰਜਵਾਂ ਦਾ ਸ਼ਬਦ ਹੈ ਨਾਨਕ ਮਤਲਬ ਮਨ ਦੀ ਉਹ ਵਾਲੀ ਅਵਸਥਾ ਜਿਹੜੀ ਅਸੀਂ ਜਪਜੀ ਸਾਹਿਬ ਵਿੱਚ ਵਿਚਾਰ ਰਹੇ ਹਾਂ ਮੰਨ ਦੀ ਉਹ ਵਾਲੀ ਅਵਸਥਾ ਜਦੋਂ ਮਨ ਅਦ્વੈਤ ਹੋ ਜਾਂਦਾ ਹੈ ਜਦੋਂ ਮਨ ਦੀ ਡਿਊਅਲਿਟੀ ਖਤਮ ਹੋ ਜਾਂਦੀ ਹੈ ਜਦੋਂ ਮਨ ਦੀ ਕੂੜ ਖਤਮ ਹੋ ਜਾਂਦੀ ਹੈ ਮਨ ਹੁਕਮ ਰਜ਼ਾਈ ਚੱਲਣਾ ਸਿੱਖ ਜਾਂਦਾ ਹੈ ਮਨ ਨੂੰ ਅੰਦਰੋਂ ਸਮਝ ਆ ਜਾਂਦੀ ਹੈ ਸੱਚਖੰਡ ਵਸੈ ਨਿਰੰਕਾਰ ਮਨ ਨੂੰ ਸਮਝ ਆ ਜਾਂਦੀ ਹੈ ਸੱਚਖੰਡ ਮਰਨ ਤੋਂ ਬਾਅਦ ਕਿਧਰੇ ਨਹੀਂ ਹੈ ਅੰਦਰ ਹੈ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ ਰੱਬ ਜੀ ਅੰਦਰ ਰਹਿੰਦੇ ਨੇ ਉਹਨਾਂ ਨੇ ਅੰਦਰੋਂ ਖਜ਼ਾਨਾ ਦਿੱਤਾ ਮੈਨੂੰ ਸਮਝ ਨਹੀਂ ਸੀ ਆਂਦੀ ਮੈਂ ਉਸ ਨੂੰ ਵਰਤਦਾ ਨਹੀਂ ਸੀ ਉਹਨੂੰ ਵਰਤਦਿਆਂ ਉਹ ਵਾਲਾ ਗੁਰ ਉਹ ਵਾਲੀ ਟੈਕਨੀਕ ਸਭ ਨੂੰ ਦਿੱਤੀ ਹੈ ਹੁਣ ਸਾਡੇ ਕੋਲ ਜੇ ਦੁਨਿਆਵੀ ਕੁਆਲਿਟੀਜ਼ ਹੋਣ ਮੈਂ ਅਮੀਰ ਹਾਂ ਮੈਂ ਆਫਿਸ ਵਿੱਚ ਬਾਸ ਹਾਂ ਮੈਂ ਪਤੀ ਹਾਂ ਜਾਂ ਮੈਂ ਪਤਨੀ ਹਾਂ ਜਾਂ ਮੈਂ ਨੌਜਵਾਨ ਪੁੱਤਰ ਹਾਂ ਔਰ ਮਨੂ ਰੱਬੀ ਗੁਣਾਂ ਨਾਲ ਵਰਤਣਾ ਨਹੀਂ ਆਂਦਾ ਤਾਂ ਮੈਂ ਆਪਣੇ ਥੱਲੇ ਕੰਮ ਕਰਨ ਵਾਲਿਆਂ ਨਾਲ ਵੀ ਲੜਾਂਗਾ ਮੰਦੇ ਬੋਲ ਬੁਲਾਗਾ ਮਿਸ ਬੀਹੇਵ ਕਰਾਂਗਾ ਮੇਰਾ ਕਿਸੇ ਪਾਸੇ ਵੀ ਕੋਈ ਰਿਸ਼ਤਾ ਹੈ ਪਰ ਮੈਂ ਉਹਨੂੰ ਬਰਕਰਾਰ ਨਹੀਂ ਰੱਖ ਪਾਂਦਾ ਆਖਿਆ ਪਾਉ ਆਪਾਰ ਮਿੱਠੀ ਬੋਲੀ ਬੋਲ ਨਹੀਂ ਪਾਂਦਾ ਔਰ ਮੈਂ ਮਿਸ ਬੀਹੇਵ ਕਰਦਾ ਹਾਂ ਪਰ ਜੇ ਰੱਬੀ ਗੁਣ ਹੋਣ ਤਾਂ ਚਾਰੇ ਪਾਸੇ ਮੇਰੀ ਰਿਲੇਸ਼ਨਸ਼ਿਪ ਠੀਕ ਹੋਂਦੀ ਜਾਂਦੀ ਹੈ ਇਹ ਤੁਨ ਘਟਦਾ ਨਹੀਂ ਹੈ ਨਾਨਕ ਪਿੰਡ ਬਖਸ਼ੀਸ਼ ਕਾ ਅਸੀਂ ਪਹਿਲੇ ਦਿਨ ਗੱਲ ਸ਼ੁਰੂ ਕੀਤੀ ਸੀ ਪਿੰਡ ਪੱਤਲ ਦੀਵਾ ਕਿਰਿਆ ਇਹ ਸਭ ਕੁਝ ਲੋਕੀ ਮਰਨ ਤੋਂ ਬਾਅਦ ਕਰਦੇ ਨੇ ਗੁਰੂ ਪਾਚੀ ਕਹਿੰਦੇ ਨੇ ਜੀਂਦੇ ਜੀ ਤੈਨੂੰ ਮਰਨ ਤੋਂ ਬਾਅਦ ਥੇਲੀ ਤੇ ਦੀਵਾ ਨਹੀਂ ਰੱਖਣਾ ਪਏਗਾ ਤੈਨੂੰ ਮਰਨ ਤੋਂ ਬਾਅਦ ਮੰਜੇ ਤੇ ਨਹੀਂ ਲਾਣਾ ਪਏਗਾ ਕਿਉਂਕਿ ਵਹਿਮ ਕਰਦੇ ਨੇ ਮੰਜੇ ਤੇ ਮਰ ਗਿਆ ਤੇ ਨਰਕਾਂ ਨੂੰ ਜਾਏਗਾ ਕਿਉਂਕਿ ਵਹਿਮ ਕਰਦੇ ਨੇ ਮਤੇ ਪਾਪ ਭੋਗਣੇ ਪੈਣਗੇ ਨਾ ਤੈਨੂੰ ਮੰਝੇ ਤੋਂ ਲਾਣਾ ਪਵੇਗਾ ਨਾ ਤੈਨੂੰ ਥੱਲੇ ਉਤਾਰ ਕੇ ਤੇਰੇ ਹੱਥ ਤੇ ਦੀਵਾ ਰੱਖਣਾ ਪਵੇਗਾ ਨਾ ਤੇਰੇ ਦੀਵੇ ਦੇ ਅੰਦਰ ਸੋਨੇ ਦਾ ਸਿੱਕਾ ਰੱਖਣਾ ਪਵੇਗਾ ਨਾ ਤੈਨੂੰ ਹਨੇਰੇ ਵਾਸਤੇ 360 ਬੱਤੀਆਂ ਜੁਗਾਣੀਆਂ ਪੈਣਗੀਆਂ ਤੈਨੂੰ ਆਤਮਕ ਚਾਨਣ ਕਰਨ ਵਾਸਤੇ ਇਹ ਤੇਲ ਦੀਵਾ ਕਿਉਂ ਬੱਲੇ ਸਿੱਖਣਾ ਪਵੇਗਾ ਅਸੀਂ ਗੱਲ ਤਾਂ ਕਿਤੇ ਤੱਕ ਵਿਚਾਰ ਕਰ ਚੁੱਕੇ ਸੀ ਸੋ ਜਦੋਂ ਅਸੀਂ ਇਹ ਪਿੰਡ ਬਖਸ਼ੀਸ਼ ਕਾ ਪ੍ਰਾਪਤ ਕਰਦੇ ਆ ਤਾਂ ਸ਼ਬਦ ਤੋਂ ਅਸੀਂ ਸਿੱਖਿਆ ਸੀ ਕਿ ਜੋ ਜੋ ਇਹ ਸੰਤੋਖੀ ਪੋਜਨ ਪ੍ਰਾਪਤ ਕਰਦਾ ਉਹ ਹਮੇਸ਼ਾ ਵਸਤੇ ਕੰਟੈਂਟਡ ਹੋ ਜਾਂਦਾ ਹੈ। ਔਰ ਜਿਹੜਾ ਕੰਟੈਂਟਡ ਹੋ ਜਾਂਦਾ ਉਹ ਹਮੇਸ਼ਾ ਸੁਖੀ ਰਹਿੰਦਾ ਹੈ। ਕਾਸ਼ ਉਹ ਇਸ ਦੀ ਮੰਗ ਕਰੇ। ਤਾਂ ਜਿਹੜਾ ਇਹ ਵਾਲੀ ਅਵਸਥਾ ਪ੍ਰਾਪਤ ਕਰਦਾ ਉਹਦਾ ਨਵਾਂ ਜਨਮ ਹੁੰਦਾ ਹੈ। ਉਹਨੂੰ ਕਹਿੰਦੇ ਨੇ ਸਤਗੁਰ ਕੈ ਜਨਮੇ। ਸਤਗੁਰ ਦੇ ਘਰੋਂ ਜਨਮ ਲੈਂਦਾ ਹੈ ਮੀਨ ਸਤਗੁਰ ਦੀ ਮੱਤ ਲੈਂਦਾ ਹੈ ਜਦੋਂ ਸਤਗੁਰ ਦੀ ਮੱਤ ਲੈਂਦਾ ਉਹਦਾ ਪਿਤਰੀ ਹੋਏ ਉਧਾਰ ਹੋ ਜਾਂਦਾ ਉਹਦੇ ਨਵੇਂ ਮੰਮੀ ਪਾਪਾ ਨਵੇਂ ਮਾਤਾ ਪਿਤਾ ਪੈਦਾ ਹੁੰਦੇ ਨੇ ਪਿਤਾ ਹੁੰਦਾ ਸੰਤੋਖ ਮਾਤਾ ਹੁੰਦੀ ਹੈ ਸੁਚਤਜੀ ਮੱਤ ਇਹ ਨੂੰ ਪ੍ਰਾਪਤ ਉਹ ਜੰਦ ਨੇ ਇਹਦੇ ਚੋਂ ਉਹ ਨੂੰ ਜਿਹੜੇ ਚੰਗੇ ਚੰਗੇ ਖਿਆਲ ਆਂਦੇ ਨੇ ਇਹ ਉਹਦੇ 3 ਪੁੱਤਰ ਉਹਦਾ ਕੁੱਟੰਬ ਉਹਦਾ ਟੱਬਰ ਹੁੰਦਾ ਹੈ ਔਰ ਇਸ ਟੱਬਰ ਦੇ ਨਾਲ ਉਹ ਸਾਰੀ ਦੁਨੀਆ ਵਿੱਚ ਇਸ ਕੁੱਟੰਬ ਦੇ ਨਾਲ ਉਹ ਜਿਉਂਦਾ ਹੈ ਇਹ ਗੱਲ ਮੈਂ ਇਸ ਕਰਕੇ ਦੁਬਾਰਾ ਰਿਪੀਟ ਕੀਤੀ ਹੈ ਕਿ ਇਸੀ ਟੱਬਰ ਦਾ ਮਨ ਜਿਹੜਾ ਸਤਗੁਰੂ ਦੇ ਘਰ ਜੰਮਿਆ ਉਹਨੂੰ ਜਮਿਆ ਪੂਤ ਭਗਤ ਗੋਬਿੰਦ ਕਾ ਕਹਿੰਦੇ ਨੇ ਇਹ ਹੀ ਮਨ ਮੋਰੀ ਪੁੱਤ ਬਣਦਾ ਹੈ ਮੋਰੀ ਪੁੱਤ ਜਿਹੜਾ ਸਿਰਮੋਰ ਪੁੱਤਰ ਬਣ ਕੇ ਕਾਰਜ ਸਗਲ ਅਰੰਭਿਓ ਕਾਰਕਾ ਕਰਨ ਵਾਸਤੇ ਰੱਬ ਜੀ ਦੇ ਸਾਹਮਣੇ ਹੁੰਦਾ ਹੈ ਜੀਂਦੇ ਜੀ ਅੰਦਰ ਰੱਬ ਜੀ ਵਸਦੇ ਨੇ ਉਹਨਾਂ ਦੇ ਸਨਮੁਖ ਹੋਇਆ ਤੁਸੀਂ ਨੋਟਿਸ ਕਰਨਾ ਅਸੀਂ ਸਨਮੁਖ ਰੱਬ ਜੀ ਦੇ ਨਹੀਂ ਹੁੰਦੇ ਆ ਕਿਸ ਤਰ੍ਹਾਂ ਮੇਰੇ ਅੰਦਰ ਰੱਬ ਜੀ ਵਸਦੇ ਨੇ ਮੈਂ ਕਦੇ ਵੀ ਆਪਣੇ ਆਪ ਨਾਲ ਬੈਠਦਾ ਹੀ ਨਹੀਂ ਜਦੋਂ ਅਸੀਂ ਆਪਣੇ ਆਪ ਨਾਲ ਬੈਠਦੇ ਆ ਸਾਡੀ ਅੰਦਰ ਵਾਲੇ ਰੱਬ ਦੀ ਨਾਲ ਗੁਫ਼ਤਗੂ ਸ਼ੁਰੂ ਹੋ ਜਾਂਦੀ ਹੈ ਮਨ ਤੂ ਜੋ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰ ਜੀ ਤੇਰੇ ਨਾਲ ਹੈ ਗੁਰਮਤੀ ਰੰਗਮਾਨ ਅੰਦਰ ਆਪਣੇ ਆਪ ਨਾਲ ਗੁਫ਼ਤਗੂ ਸ਼ੁਰੂ ਹੋ ਜਾਂਦੀ ਹੈ ਆਪਣੇ ਆਪ ਨਾਲ ਗੱਲਬਾਤ ਸ਼ੁਰੂ ਹੋ ਜਾਂਦੀ ਹੈ ਐਜ਼ ਇਫ ਕਿ ਮੈਂ ਆਪਣੇ ਘਰ ਵਾਪਸ ਆ ਗਿਆ ਲੇਕਿਨ ਅਸੀਂ ਬੈਠਦੇ ਨਹੀਂ ਆ ਅਸੀਂ ਆਪਣੇ ਚਾਰ ਦੀਵਾਰਾਂ ਵਾਲੇ ਇਸ ਦੁਨੀਆ ਵਾਲੇ ਮਕਾਨ ਅੰਦਰ ਵੀ ਆਪਣੇ ਟੱਬਰ ਅੰਦਰ ਬੈਠ ਕੇ ਆਪਣੇ ਨਾਲ ਨਹੀਂ ਹੁੰਦੇ ਆ ਜਿਉਂ ਹੀ ਅਸੀਂ ਬੈਠਾਂਗੇ ਟੀਵੀ ਆਨ ਕਰ ਲ ਜੇ ਟੀਵੀ ਆਨ ਨਹੀਂ ਹੋ ਸਕਦਾ ਅਸੀਂ ਸੈਲਫੋਨ ਖੋਲ ਲਵਾਂਗੇ ਸੈਲਫੋਨ ਨਹੀਂ ਆਈਪੈਡ ਖੋਲ ਲਵਾਂਗੇ ਆਈਪੈਡ ਨਹੀਂ ਤਾਂ ਉਹ ਕਰਨ ਲੱਗੇ ਕਿਸੇ ਫਰੈਂਡ ਨੂੰ ਫੋਨ ਕਰਨਾ ਸ਼ੁਰੂ ਕਰ ਦੇਾਂਗੇ ਜਾਂ ਕਿਤਾਬ ਪੜ੍ਹਨੀ ਸ਼ੁਰੂ ਕਰ ਦੇਾਂਗੇ ਜਾਂ ਅਖਬਾਰ ਚੁੱਕ ਲਵਾਂਗੇ ਜਾਂ ਮੈਗਜ਼ੀਨ ਚੁੱਕ ਲਵਾਂਗੇ ਕੁਝ ਨਾ ਕੁਝ ਅਸੀਂ ਹਮੇਸ਼ਾ ਆਪਣੇ ਆਪ ਤੋਂ ਐਬਸੈਂਟ ਰਹਿੰਦੇ ਆ ਜਦੋਂ ਐਬਸੈਂਟ ਰਹਿੰਦੇ ਆ ਨਾ ਮੈਂ ਆਪਣੇ ਅੰਦਰ ਵਾਲੇ ਰੱਬ ਜੀ ਦੇ ਨਾਲ ਗੱਲ ਕਰਨਾ ਹੀ ਨਹੀਂ ਚਾਹੁੰਦਾ ਮੈਂ ਆਪਣੇ ਆਪ ਤੋਂ ਦੂਰ ਰਹਿੰਦਾ ਮਨ ਨੂੰ ਆਪਣੇ ਆਪ ਨਾਲ ਗੱਲ ਕਰਾਉਣ ਵਾਸਤੇ ਕਹਿੰਦੇ ਨੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਆਪਣੇ ਦਿਲ ਨੂੰ ਖੋਜ ਆਪਣੇ ਬਾਰੇ ਸੋਚ ਆਪਣੇ ਅੰਦਰ ਗੱਲ ਕਰ ਤੇਰੇ ਅੰਦਰ ਰੱਬ ਜੀ ਰਹਿੰਦੇ ਨੇ ਉਹਨਾਂ ਦੀ ਗੱਲ ਸੁਣਿਆ ਕਰ ਉਹਨਾਂ ਦੀ ਗੱਲ ਸੁਣਨ ਦਾ ਮੈਨੂੰ ਟਾਈਮ ਹੀ ਨਹੀਂ ਹੈ ਜੇਕਰ ਟਾਈਮ ਨਹੀਂ ਹੈ ਤੇ ਮੇਰੇ ਇਹ ਅੱਖ ਨੱਕ ਕੰਨ ਇਹਨਾਂ ਨੂੰ ਕਹਿੰਦੇ ਨੇ ਦੇਹੀ ਗਾਮਾ ਜੀਉ ਤਰ ਮੈ ਤੋ ਬਸੇ ਪੰਚ ਕੀ ਰਸਾਨਾ ਨੈਨੂ ਨਕਟੂsrvnu ਰਸਪਤ ਇੰਦਰੀ ਕੇ ਆ ਨਾ ਮਾਨਾ ਬਾਬਾ ਆਬ ਨਾ ਬਸ ਹੋਏਗਾ ਹੂੰ ਤੇਰਾ ਸ਼ਰੀਰ ਗਾਉ ਅਪਸੈਟ ਰਹੇਗਾ ਕੜੀ-ਕੜੀ ਕਾ ਲੇਖਾ ਮੰਗੇ ਕੜੀ-ਕੜੀ ਕਾ ਲੇਖਾ ਮੰਗੇ ਮੀਨਸ ਸੱਚ ਦੀ ਬੈਲੈਂਸ ਦੇ ਅੱਗੇ ਤੂੰ ਪੂਰਾ ਉਤਰ ਨਹੀਂ ਪਾਏਗਾ ਅਪਸੈਟ ਰਹੇਗਾ ਕਲ-ਕਲ ਵਾਲਾ ਜੀਵਨ ਜੀਵੇਗਾ ਤਾਂ ਤੈਨੂੰ ਸੱਚ ਦਾ ਸੰਤੋਖੀ ਭੋਜਨ ਪ੍ਰਾਪਤ ਕਰਨਾ ਉਹ ਨਿਖੁਟਦਾ ਨਹੀਂ ਹੈ ਲਾਡ ਖਜ਼ਾਨਾ ਗੁਰ ਨਾਨਕ ਕੋ ਦੀਆ ਇਹ ਮਨ ਹਰ ਰੰਗ ਰੰਗੇ ਸੋ ਅਸੀਂ ਹੁਣ ਇਹ ਅਵਸਥਾ ਵੀ ਸਮਝ ਰਿਹਾ ਕਿ ਮਨ ਜਦੋਂ ਸੁਚੱਜੇ ਮਾਤਾ ਪਿਤਾ ਪ੍ਰਾਪਤ ਕਰਦਾ ਹੈ ਸੁਚੱਜਾ ਟੱਬਰ ਪ੍ਰਾਪਤ ਕਰਦਾ ਹੈ ਉਸ ਮਨ ਦੀ ਅਵਸਥਾ ਅਦਵੈਤ ਅਵਸਥਾ ਬਣਦੀ ਹੈ ਉਹ ਨਾਨਕ ਬਣਦੀ ਹੈ ਉਸ ਅਵਸਥਾ ਦੀ ਗੱਲ ਚੱਲ ਰਹੀ ਹੈ ਮਨ ਦੀ ਅੰਦਰ ਦੀ ਅਵਸਥਾਵਾਂ ਨੂੰ ਅਸੀਂ ਰਾਮਕਲੀ ਸੱਚੋ ਸਮਝਣਾ ਹੈ ਤਾਂ ਅਸੀਂ ਰਾਮਕਲੀ ਸਾਧ ਨੂੰ ਅੱਜ ਅਸੀਂ ਦੇ ਅੰਦਰ ਐਂਟਰ ਕਰਾਂਗੇ ਤਾਂ ਮਨ ਜਦੋਂ ਪੂਰਾ ਬ੍ਰਾਹਮਣ ਬਣ ਜਾਂਦਾ ਹੈ ਤਾਂ ਅਸੀਂ ਦੀਵਾ ਮੇਰਾ ਇੱਕ ਨਾਮ ਸ਼ਬਦ ਦੀ ਚ ਪੜਿਆ ਸੀ ਇੱਕ ਲੋਕੀ ਔਰ ਛਮਛਰੀ ਬ੍ਰਾਹਮਣ ਵਾਟ ਪਿੰਡ ਖਾਏ ਮੇਰਾ ਮਨ ਬ੍ਰਾਹਮਣ ਬਣ ਗਿਆ ਇਹਨੂੰ ਸੱਚ ਦਾ ਬ੍ਰਹਮ ਦਾ ਗਿਆਨ ਹੋ ਗਿਆ ਔਰ ਇਹਨੇ ਆਪਣਾ ਸੰਤੋਖ ਦਾ ਭੋਜਨ ਦਾ ਵਾਟ ਪਿੰਡ ਖਾਣਾ ਸ਼ੁਰੂ ਕੀਤਾ ਇਹਨੂੰ ਨਾਨਕ ਪਿੰਡ ਬਖਸ਼ੀਸ਼ ਕਾ ਕਭੂ ਨਿਖੁੱਟਸਨਾਏ ਪ੍ਰਾਪਤ ਹੋ ਗਿਆ ਇਸ ਨੂੰ ਜਦੋਂ ਇਹ ਭੋਜਨ ਪ੍ਰਾਪਤ ਹੋਇਆ ਇਹਦੇ ਸਾਰੇ ਇੰਦਰੀ ਗਿਆਨ ਇੰਦਰੀ ਕਾਬੂ ਆ ਗਏ ਕੱਲ ਅਸੀਂ ਫਿਨਿਸ਼ ਕਰਨ ਵੇਲੇ ਸਮਝਿਆ ਸੀ ਕਿ ਜਦੋਂ ਮੈਂ ਸੱਚ ਦੀ ਗੱਲ ਨਹੀਂ ਸੁਣਦਾ ਹਾਂ ਮੈਨੂੰ ਭੁਲੇਖਾ ਪੈ ਜਾਂਦਾ ਮੈਨੂੰ ਸਭ ਕੁਝ ਪਤਾ ਹੈ ਤਾਂ ਮੇਰੇ ਇੰਦਰੀ ਗਿਆਨ ਇੰਦਰੀ ਸਾਰੇ ਡਿਸਟਰਬ ਹੋ ਜਾਂਦੇ ਨੇ ਬਾਬਾ ਆਪਣਾ ਬਸ ਹੋਏ گاਉਂ ਕੜੀ ਕੜੀ ਕਾ ਲੇਖਾ ਮੰਗਾ ਕਾਇਤ ਚੇ ਤੂੰ ਨਾਉ ਇਹ ਸਾਰਾ ਸ਼ਰੀਰ ਡਿਸਟਰਬ ਹੋ ਜਾਂਦਾ ਹੈ ਅਪਸੈਟ ਹੋ ਜਾਂਦਾ ਹੈ ਇਹਦਾ ਮਤਲਬ ਇਸ ਸ਼ਰੀਰ ਨੂੰ ਸਤਜੁਗ ਦੀ ਸੰਤੋਖ ਦੀ ਅਵਸਥਾ ਦੇ ਕੇ ਨੇਚਲ ਰਾਜ ਦਵਾਇਆ ਜਾ ਸਕਦਾ ਹੈ ਕਿਉਂਕਿ ਰਾਜ ਤੇ ਬੈਠਣ ਦੀ ਕੁਰਸੀ ਵਾਲਾ ਪ੍ਰੈਜ਼ੈਂਟ ਹੈ ਮਨ ਮਨ ਅਦਵੈਤ ਹੋ ਰਿਹਾ ਹੈ ਮਨ ਨਾਨਕ ਬਣ ਗਿਆ ਇਹ ਮਨ ਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਹਰ ਜਨ ऐसा चाहिए जैसा हर ही होए अल्टीमेटली मन ਨੂੰ ਰੱਬ ਜੀ ਦੇ ਨਾਲ ਮਿਲਾ ਕੇ ਰੱਬੀ ਗੁਣਾ ਵਾਲਾ ਹੀ ਬਣਾ ਦਿੰਦੇ ਨੇ ਮਰਜ ਕਰ ਦਿੰਦੇ ਨੇ ਰੱਬ ਹੀ ਬਣਾ ਦਿੰਦੇ ਨੇ ਇਹਨੂੰ ਕਹਿੰਦੇ ਨੇ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਏ ਸਮਾਨਾ ਵਨੈਸ ਵਿਦ ਵਿਜ਼डम ਹੋ ਗਈ ਸਤਗੁਰ ਨਾਲ ਇਕਮਿਕ ਹੋ ਗਿਆ ਇਹ ਜਿੰਦੇ ਤੇ ਪੋਸੀਬਲ ਹੈ ਕਾਸ਼ ਅਸੀਂ ਇਸ ਨੂੰ ਸਮਝੀਏ ਵਿਚਾਰੀਏ